ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕਰ ਦੋ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਏ? ਕੀ ਹਾਲ ਚਾਲ ਏ? ਤੇ ਆਪਾਂ ਅੱਜ ਲੱਗੇ ਆ ਕਣਕ ਵਢਾਉਣ, ਫੜੰਬੇ ਨਾਲ ਕੱਢਣ ਲੱਗੇ ਆ। ਤੇ ਚਲੋ ਚੱਲਦੇ ਆ ਮੋਟਰ ਨੂੰ ਤੇ ਫਿਰ ਤੁਹਾਡੇ ਨਾਲ ਕਰਦੇ ਆ ਗੱਲਬਾਤ ਵਿਖਾਉਂਦੇ ਨਾਲ ਨਾਲ। ਚੱਲ ਇੱਕ ਕਹਿ ਮਿਲ ਕਹਿ ਲੈ ਬਣੇ ਰਹੋ ਪਾੜੀ ਕਰਦੇ ਪਾਪਾ ਜੀ। ਚੱਲ ਠੀਕ ਹੈ, ਮੈਨੂੰ ਪਤਾ ਹੈ। ਆਪਾਂ ਤੁਰ ਪਏ ਹਾਂ ਜੀ, ਖੜੰਬੇ ਵਾਲਾ ਪਹੁੰਚ ਗਿਆ ਉੱਥੇ ਅਤੇ ਬਾਕੀ ਅੱਗ ਲਾ ਕੇ ਅਲੱਗ ਅਲੱਗ ਸਾਰੇ ਲੋਕਾਂ ਨੇ ਅਤੇ ਚੰਗਾ ਨਹੀਂ ਲੱਗਦਾ ਇਹ ਪ੍ਰਦੂਸ਼ਣ ਕੀਤਾ ਹੈ। ਧੂੰਆਂ ਧੂੰਆਂ ਆ ਪਿਆ, ਮੱਠੀ ਮੱਠੀ ਅੱਗ ਬੜੀ ਜਾਂਦੀ ਆ। ਕੱਚੇ ਰਾਹ ਸ਼ੁਰੂ, ਸਿਖਰ ਦੁਪਹਿਰੇ ਕੀ ਕਰੇ, ਪਹਿਲਾਂ ਕੰਮ ਕਰੇ, ਪਾਣੀ ਪੀਵੇ, ਕਟਾ 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 ਰੂੜੀ ਸੁੱਟੀ ਲੱਗੇ ਅੱਗ ਲੱਗ ਕੇ ਤੇ ਉਹ ਵੀ ਸਵਾਹ ਬਣ ਜਾਂਦੀ, ਕੋਈ ਫਾਇਦਾ ਨਹੀਂ ਹੁੰਦਾ ਦਿੰਦਾ। ਗੰਨਾ ਲਾਇਆ ਆਪਣਾ, ਬੜਾ ਵਧੀਆ ਹੋਇਆ। ਹੋਰ ਸਾਹਿਬ ਦੇਖਦਾ ਆਹ ਮੋਟਾ, ਉਹ ਪਿੱਛੇ ਬੀਜ ਖਿਲਾ ਰਿਹਾ, ਵੱਢਣਾ ਆਏ ਥੋੜ੍ਹਾ ਜਿਹਾ, ਲਾਉਣਾ ਕਣਕ ਵਾਲੀ ਥਾਂ। ਆਹ ਪਿੱਛੇ ਨਵੇਂ ਦਾ ਮੋਟਾ, ਪਿੱਛੇ ਨਵਾਂ ਬੀਜ ਗਿਆ। ਹਾਂ ਕੋਈ ਚੱਕਰ ਨਹੀਂ, ਤੂੜੀ ਇੱਧਰ ਕੱਢਣੀ ਹੈ। ਹਾਂ ਠੀਕ ਆ, ਲੱਗੇ ਅੰਕਾ ਕਈ ਲੈ ਕੇ ਹੋਣਾ। ਲੱਗ ਗਿਆ
ਭਾਈ ਜਜ਼ਬਾਤੀ ਹੋ ਗਿਆ ਥੋੜਾ ਜਿਆਦਾ। ਆਪਣੀਆਂ ਪਈ ਜਿਹੜੀ ਪਈ ਇੱਥੇ ਕੋਈ ਵਢਾਉਂਦਾ ਹੀ ਨਹੀਂ, ਜਿੱਥੇ ਤੱਕ ਉਂਗਲ ਜਾਂਦੀ ਹੈ ਥੋੜਾ ਘੱਟ ਲੰਬਾਈ ਜ਼ਿਆਦਾ ਤਾਂ ਹੈ। ਤਿੰਨ ਵਜੇ ਚਾਰ ਵਜੇ ਪੰਜ ਵਜੇ ਫੋਨ ਲਾਇਆ ਕਹਿੰਦਾ ਵਾ ਹੀ ਤੇ ਨੀ ਆਉਣਾ। ਇਹ ਜਦੋਂ ਗੱਲਾਂ ਕੀਤੀਆਂ 2 ਮਿੰਟ ਮੈਂ ਫਿਰ ਦਰਦ ਸੁਣਾਇਆ ਆਪਣਾ, ਫਿਰ ਇਹਨੇ ਜੇ ਦਰਦ ਭਰੀ ਆਵਾਜ਼ ਸੁਣੀ ਨਾ ਮੇਰੀ, ਕਹਿੰਦਾ ਪਛਾਣਿਆ ਰਾਤ ਚੱਲ ਲੱਗੇ ਸ਼ੁਰੂ ਕਰਨਾ ਬੜੀਆਂ ਬੜੀਆਂ ਰਾਤੀਆਂ ਲੱਗ ਜਾਣਾ। ਮੇਰੀ ਲਾਈਫ ਦਾ ਪਹਿਲਾ ਐਕਸਪੀਰੀਅੰਸ ਆ, ਕਿਤੇ ਛੋਟੇ ਹੁੰਦੇ ਵੇਖਿਆ ਪਰ ਜੂਨ ਦੀ ਹੋਸ਼ ਸੰਭਾਲੀ ਕੰਮ ਕਰਦੇ ਆ ਉਸ ਸਮੇਂ ਤੋਂ ਲੈ ਕੇ, ਅਤੇ ਹੁਣ ਇਹ ਫਸਟ ਐਕਸਪੀਰੀਅੰਸ ਆ ਮੇਰਾ। ਸਰਦਾਰ 735 ਲੰਬਾ ਲੱਗੇ ਭਾਅ ਚਾਲੂ ਕਰਨਾ, ਉਹ ਭਰੀਆਂ ਲਈ ਹੁੰਦੇ ਨਾ ਉਹਨਾਂ ਦਾ ਕੀ ਹਿਸਾਬ ਨਾਲ ਕਿੱਦਾਂ ਕਰਦੇ ਫੇਰ ਪਾ ਤਾ ਭਰੀ ਲਾ ਦਿੱਤੀ।
ਚਲੋ ਜੀ ਆਪਾਂ ਚੱਲੇ ਹਾਂ ਪਾਣੀ ਲੈਣ ਅਤੇ ਨਾਲੇ ਚਾਹ ਲੈਣ ਅਤੇ ਉਹ ਮੋਟਰਸਾਈਕਲ ਤਾਂ ਇਹਨਾਂ ਦਾ ਲੈ ਜਾਣਾ ਆਪਾਂ। ਬੂਟੇ ਪਤਾ ਨਹੀਂ ਕਿਵੇਂ ਜਿਵੇਂ ਸੁੱਕਦੇ ਆ, ਬੂਟੇ ਤੁਰੇ ਆ ਥੱਲੋਂ ਤੁਰ ਪਏ ਆ, ਪਾਣੀ ਲਾ ਦਿੰਦੇ ਇਹਨਾਂ ਨੂੰ ਹੁਣ ਅਤੇ ਵਾਹ ਕੇ ਅਤੇ ਫਿਰ ਗੰਨਾ ਲਾਉਂਦੇ ਹਾਂ ਇੱਥੇ। ਪਹਿਲਾਂ ਪਾਣੀ ਲਾ ਦਿੰਦੇ ਇੱਕ, ਹੈ ਨਾ, ਫੇਅਰ ਕਰਦੇ ਹਾਂ ਕੰਮ ਇਹਦਾ। ਬਸ ਫਿਰ ਦੁਪਹਿਰ ਪਈ ਹੋਈ, ਗਰਮੀ ਧੁੱਪ ਇੰਨੀ, ਅੱਜ ਥੋੜ੍ਹੀ ਹਵਾ ਚੱਲਦੀ ਪਈ ਹੈ ਉਹਦੇ ਕਰਕੇ ਥੋੜ੍ਹੀ ਜਿਹੀ ਮਹਿਸੂਸ ਘੱਟ ਹੁੰਦੀ ਗਰਮੀ। ਕੱਲ੍ਹ 'ਚ ਬਹੁਤ ਸੀ, ਬਸ 40 ਡਿਗਰੀ ਟੈਂਪਰੇਚਰ ਚੱਲ ਵੀ ਗਿਆ। ਦੇਖੋ ਸਮੇਂ ਨਾਲ ਕੀ ਬਣਦਾ।
ਰਹੀਆਂ 2000 ਭਰੀਆਂ ਬਸ ਇੰਨੀ ਬੜੀ ਹੈ ਨਾ ਤੂੜੀ ਬਹੁਤ ਸਾਫ਼ ਬਣੀ ਹੈ ਜਿੰਨਾ ਘੱਟਾ ਘੁੱਟਾ ਸਭ ਨਿਕਲ ਗਿਆ ਗਾਹ ਅਤੇ ਇੱਥੇ ਲੱਗ ਗਿਆ ਢੇਰ ਹੁਣ ਆਪਾਂ ਇਹਨੂੰ ਵਾਹ ਕੇ ਤਿਆਰੀ ਕਰ ਦਈਏ ਅਤੇ ਫਿਰ ਆਪਾਂ ਇੱਥੇ ਨਾਲ ਨਾਲ ਵਾਹ ਦਿੰਦੇ ਹਾਂ ਵੀ ਜਿਹੜੀ ਅੱਗ ਨਾ ਲੱਗੇ ਬਾਕੀ ਬੜਾ ਵਧੀਆ ਫਿਰ ਤੂੜੀ ਚੁੱਕਦੇ ਹਾਂ ਬਣਾਉਂਦੇ ਪ੍ਰੋਗਰਾਮ ਚੁੱਕਣ ਦਾ ਵੀ ਇਹਨੂੰ ਲੈ ਕੇ ਮੁੰਡੇ ਨਾਲ ਅਤੇ ਤੂੜੀ ਲੱਦ ਕੇ ਲੈ ਜਾਏ ਘਰ ਨੂੰ ਬਾਅਦ ਇੱਦਾਂ ਕੰਮ ਨਿਬੇੜਨੇ ਲੈਣੇ ਬਾਕੀ ਵੀ ਹਿੰਮਤ ਹੈ ਵੀ ਇਹਨਾਂ ਦਾ ਬਜ਼ੁਰਗਾਂ ਦੀ ਹਿੰਮਤ ਹੈ ਨਵੀਂ ਪੀੜ੍ਹੀ ਨਹੀਂ ਕੰਮ ਕਰ ਸਕਦੀ ਅਸੀਂ ਵੀ ਖੁਦ ਵੀ ਅਸੀਂ ਨਹੀਂ ਕੰਮ ਇੰਨਾ ਨਹੀਂ ਕਰ ਸਕਦੇ ਅਸੀਂ ਬਸ ਮਸ਼ੀਨਰੀ ਕੰਮ 'ਤੇ ਡਿਪੈਂਡੈਂਟ ਹਾਂ ਜੇ ਕਹੀਏ ਵੀ ਹੱਥੀਂ ਕੰਮ ਕਰਨਾ ਹੱਥੀਂ ਕੰਮ ਕਰਨਾ ਬਹੁਤ ਮਤਲਬ ਔਖਾ ਆ ਚਲੋ ਜਦੋਂ ਕਰਨਾ ਪੈ ਜਾਵੇ ਫਿਰ ਤਾਂ ਕਰਨਾ ਹੀ ਹੈ ਪਰ ਆਹ ਕੰਮ ਨਹੀਂ ਕੀਤੇ ਵੀ ਨਹੀਂ ਕਦੇ ਪਹਿਲਾਂ ਅਤੇ ਇਹ ਵੀ ਅਸੀਂ ਉਹ ਲਾਸਟ ਪੀੜ੍ਹੀ ਹਾਂ ਜਿਹੜੇ ਦੇਖ ਰਹੇ ਹਾਂ ਅਤੇ ਜਿਹੜੇ ਇਹ ਕਰ ਰਹੇ ਨੇ ਅਗਾਂਹ ਅਗਲੇ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਚੀਜ਼ਾਂ ਹੌਲੀ ਹੌਲੀ ਅਲੋਪ ਹੋ ਜਾਣੀਆਂ ਖਤਮ ਹੋ ਜਾਣੀਆਂ ਨੇ ਇਹ ਬਜ਼ੁਰਗ ਇਹ ਚੀਜ਼ਾਂ ਬੰਦੇ ਨਹੀਂ ਲੱਭਣੇ ਮੁੜ ਕੇ ਕਿਉਂਕਿ ਅਗਲੀ ਪੀੜ੍ਹੀ ਕੋਈ ਕੰਮ ਨਹੀਂ ਕਰਦੀ ਇਹ ਉੱਤੇ ਖੜੰਬਿਆਂ ਦੇ ਨਾਲ ਕਿੰਨੇ ਤੂੜੀ ਕੁਤਰਨੀ ਇੰਨਾ ਕਿਸੇ ਨੇ ਨਹੀਂ ਕਣਕਾਂ ਕੁਤਰਨੀਆਂ ਆਖਰੀ ਆਖਰੀ ਪੀੜ੍ਹੀ ਇਹ ਅਖੀਰ ਏ ਇਹਨਾਂ ਤੋਂ ਬਾਅਦ ਵਿੱਚ ਨਹੀਂ ਮੇਰੇ ਹਿਸਾਬ ਨਾਲ ਤਾਂ ਨਹੀਂ ਮੁਸ਼ਕਲ ਹੀ ਹੈ ਕੋਈ ਵਿਰਲਾ ਵਾਜਾ ਹੀ ਕਰੇਗਾ ਕੰਮ ਤਾਂ 100 ਪਿੱਛੇ ਕੋਈ 5 ਬੰਦੇ ਕੰਮ ਕਰਨਗੇ ਜੇ ਕਰਨਗੇ ਉਹ ਵੀ ਉਹ ਜਿਹੜੇ ਇਲਾਕਿਆਂ ਦੇ ਵਿੱਚ ਕੰਮ ਚੱਲਦਾ ਆ ਜਿਹੜੇ ਕੰਮ ਕਰਦੇ ਲੋਕ ਹੁਣ ਸਾਡੇ ਇੱਥੇ ਆ ਜਿੰਨਾ ਜਿੰਨਾ ਦੂਰ ਜਿੱਥੇ ਤੱਕ ਨਜ਼ਰ ਜਾਂਦੀ ਵੀ ਸਾਰੇ ਕਣਕ ਝੋਨਾ ਮਸ਼ੀਨਾਂ ਨਾਲ ਹੀ ਵੱਢਿਆ ਜਾਣਾ ਹੈ ਇੱਥੇ ਸਾਡੇ ਲੇਬਰ ਦੀ ਵੀ ਬਹੁਤ ਤੰਗੀ ਹੈ ਵੀ ਲੇਬਰ ਵੀ ਔਖੀ ਮਿਲਦੀ ਹੁਣ ਇਹ ਮਸ਼ੀਨੀ ਯੁੱਗ ਹੋ ਗਿਆ ਹਰ ਕੋਈ ਮਸ਼ੀਨ ਨੂੰ ਬਸ ਵੀ 2 ਮਿੰਟ ਲਾ ਦੇ ਵੱਢ ਕੇ ਪਰੇ ਤੂੜੀ ਮਸ਼ੀਨ ਬਣਾ ਕੇ ਕਰੇ ਕਰਦੀ ਹੈ ਹੁਣ ਇਹ ਹੱਥੀਂ ਕੰਮ ਕਰਨਾ ਸਮਾਂ ਤਾਂ ਅਕਸਰ ਲੱਗਦਾ ਹੀ ਹੈ ਮਿਹਨਤ ਵੀ ਲੱਗਦੀ ਹੈ ਇਹਦੇ 'ਚ ਖਰਚਾ ਵੀ ਜ਼ਿਆਦਾ ਪੈਂਦਾ ਸਾਨੂੰ ਮੇਰੇ ਹਿਸਾਬ ਦੇ ਨਾਲ ਤਕਰੀਬਨ 10,000 ਰੁਪਇਆ ਕਿੱਲੇ ਦਾ ਖਰਚਾ ਚੜ੍ਹਦਾ ਇਹਦੇ 'ਤੇ ਜਿਹੜੀ ਕਿ 6,000 ਰੁਪਇਆ ਤਕਰੀਬਨ ਵਢਾਈ ਚੱਲਦੀ ਪਈ ਹੈ ਕਣਕ ਦੀ ਹੱਥ ਦੇ ਨਾਲ ਅਤੇ ਜੇ ਉਹਦੇ ਤੋਂ ਵੇਖਿਆ ਜਾਵੇ ਇਲਾਵਾ ਤਾਂ ਇਹ ਤਕਰੀਬਨ 4,000-4,500 ਰੁਪਈਏ ਦੇ ਲਗਭਗ ਇਹ ਵੀ ਲੈ ਹੀ ਜਾਂਦੇ ਨੇ ਉਹੀ ਤਕਰੀਬਨ 10,000 ਰੁਪਇਆ ਖਰਚਾ ਹੋ ਗਿਆ ਅਤੇ ਜੇ ਗੱਲ ਕਰੀਏ ਵੀ ਮਸ਼ੀਨ ਵਾਲੇ ਦੀ ਉਹ 1,600-1,700 ਰੁਪਇਆ ਲੈ ਰਹੇ ਨੇ ਕਣਕ ਦੀ ਵਢਾਈ ਦਾ ਅਤੇ 1,500-2,000 ਤੱਕ 2,200 ਤੱਕ ਮਤਲਬ ਤੂੜੀ ਦੀ ਟਰਾਲੀ ਹੈ ਉਹ 3 ਕੁ ਟਰਾਲੀਆਂ ਉਹ 6 ਬਣ ਜਾਂਦੀਆਂ 3×6 ਅਤੇ 775-7,500 ਰੁਪਇਆ ਖਰਚਾ ਆਉਂਦਾ ਉਹੀ 3-4,000 ਦਾ ਫਰਕ ਪੈਂਦਾ ਮਤਲਬ ਅਤੇ 4,000 ਦਾ ਫਰਕ ਪੈ ਹੀ ਜਾਂਦਾ ਇਸ ਕੰਮ 'ਤੇ ਜੇ 4,000 ਕੰਮ ਮਹਿੰਗਾ ਪੈਂਦਾ ਪਰ ਇਹਦੇ 'ਚ ਇਹ ਵੇਖੀ ਇਹਦੇ 'ਚ ਕੁਆਲਿਟੀ ਹੈ ਹੁਣ ਇਹ ਜੇ ਤੂੜੀ ਦੀ ਕੁਆਲਿਟੀ ਬਹੁਤ ਟੋਪ ਦੀ ਬਹੁਤ ਸੋਹਣੀ ਤੂੜੀ ਸਾਫ਼ ਸੁਥਰੀ ਬਿਲਕੁਲ ਸਾਫ਼ ਕੋਈ ਘੱਟਾ ਨਹੀਂ ਮਿੱਟੀ ਨਹੀਂ ਕੁਛ ਨਹੀਂ ਹੈਗੀ ਇੱਕ ਅੱਜ ਕੁਦਰਤੀ ਹਵਾ ਚੱਲ ਰਹੀ ਹਵਾ ਦੇ ਚੱਲਣ ਦੇ ਨਾਲ ਨਾਲ ਵੀ ਮਤਲਬ ਘੱਟਾ ਮਿੱਟੀ ਜਿਹੜਾ ਜ਼ਿਆਦਾ ਦੂਰ ਤੱਕ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਵੇਖੋ ਕਿੰਨੀ ਦੂਰ ਤੱਕ ਜਾ ਰਿਹਾ ਅਤੇ ਲਾਗੇ ਲਾਗੇ ਤਾਂ ਤੂੜੀ ਭਾਰੀ ਡਿੱਗੀ ਜਾਂਦੀ ਥੋੜ੍ਹੀ ਜਿਹੀ ਹਲਕਾ ਜਾਂਦੀ ਉੱਥੇ ਇੱਕ ਤਾਂ ਕਿਮਾਸਾ ਜਾਂਦੀ ਹੈ ਅਤੇ ਬੜੀ ਸੋਹਣੀ ਵਧੀਆ ਬਣ ਗਈ ਹੈ ਇੱਕ ਨਾਲੇ ਢੇਰ ਵੀ ਇੱਕ ਥਾਂ ਇਕੱਠਾ ਵਧੀਆ ਬਣ ਗਿਆ ਬਸ ਇਹ ਵੀ ਕਿ ਇਹ 'ਚ ਮਿਹਨਤ ਆ ਇਹਦੇ 'ਚ ਇਹਨੂੰ ਟਾਈਮ ਦੇਣਾ ਪੈਣਾ ਇਹ 'ਚ ਲੇਬਰ ਚਾਹੀਦੀ ਆ ਹੋਰ ਕੁਛ ਨਹੀਂ ਔਖਾ ਪਰ ਮੇਰੇ ਹਿਸਾਬ ਦੇ ਨਾਲ ਤਾਂ ਵੀ ਜੇ ਲੇਬਰ ਕੰਮ ਕਰਨ ਬੰਦੇ ਮਿਲਣ ਅਤੇ ਮੇਰਾ ਤਾਂ ਖੁਦ ਦਾ ਚੇਤ ਕਰਦਾ ਹੁੰਦਾ ਵੀ ਆਪਾਂ ਕੰਮ ਹੀ ਇਸ ਤਰ੍ਹਾਂ ਦਾ ਕਰੀਏ ਕੋਈ ਥੋੜ੍ਹਾ ਜਿਹੜਾ ਪਿਛੋਕੜ ਪੁਰਾਣੇ ਕੰਮ ਨੇ ਉਹਦੇ ਹਿਸਾਬ ਨਾਲ ਕੰਮ ਕਰੀਏ
ਜੇ ਬੰਦੇ ਸਾਨੂੰ ਮਿਲਦੇ ਰਹਿਣ, ਕਿਉਂਕਿ ਜੇ ਬੰਦੇ ਮਿਲਣਗੇ ਤਾਂ ਕੰਮ ਤਾਂ ਹੀ ਹੋਣੇ, ਉਹਦਾ ਕੰਮ ਨਹੀਂ ਹੋਣਾ। ਆਪਾਂ ਨੂੰ ਤਾਂ ਹੁੰਦਾ ਵੀ ਚਲੋ ਕੋਈ 5-10 ਕਿੱਲੇ ਵੀ ਬੰਦਾ ਕਣਕ ਇਸ ਤਰ੍ਹਾਂ ਕਰੇ ਨਾ, ਅਤੇ 5 ਕਿੱਲੇ ਵੀ ਕੀਤੀ ਹੋਵੇ ਤਾਂ ਘਰ ਦੀ ਤੂੜੀ ਇੱਕ ਨੰਬਰ ਬਣਦੀ। ਬਸ ਚੱਕਰ ਇਹ ਵੇ ਕਿ ਆਪਾਂ ਤੋਂ ਟਾਈਮ ਨਹੀਂ ਹੈਗਾ ਇੰਨਾ, ਆਪਣੇ ਕੰਮ ਰੁਝੇਵੇਂ ਹੀ ਇੰਨੇ ਕੁ ਹੋ ਗਏ ਨੇ ਕਿ ਬੰਦੇ ਕੋਲ ਟਾਈਮ ਹੀ ਹੈ ਨਹੀਂ, ਵੀ ਚਾਹੇ ਕੰਮ ਨਹੀਂ ਵੀ ਹੈਗਾ ਤਾਂ ਵੀ ਟਾਈਮ ਹੈ ਨਹੀਂ। ਹੁਣ ਜ਼ਰੂਰੀ ਤਾਂ ਨਹੀਂ ਵੀ ਹਰ ਕੋਈ ਇੰਨਾ ਬਿਜ਼ੀ, ਕੋਈ ਲੋਕ ਘਰੇ ਵੀ ਸੁੱਤੇ ਪਏ ਨੇ ਅਸਲੇ, ਪਰ ਇਸ ਕੰਮ 'ਚ ਲੇਬਰ ਚਾਹੀਦੀ, ਲੇਬਰ ਸਾਥ ਨਹੀਂ ਦਿੰਦੀ, ਲੇਬਰ ਕੰਮ ਨਹੀਂ ਕਰਦੀ। ਬੰਦੇ ਮਿਲਣ, ਸਾਥ ਮਿਲੇ, ਫਿਰ ਤਾਂ ਕੰਮ ਹੀ ਨਹੀਂ ਮਾੜਾ। ਹੁਣ ਇਹਨਾਂ ਨੇ ਵੀ ਤਕਰੀਬਨ 12ਵਾਂ ਪੀਪਾ ਡਰਾਈਵਰ ਦਾ ਅਤੇ 20ਵਾਂ ਪੀਪਾ ਲੇਬਰ ਦਾ ਹੈ। ਉਹਦੇ ਹਿਸਾਬ ਦੇ ਨਾਲ ਪੈਸੇ ਲੈਂਦੇ ਨੇ ਦਾਣੇ, ਕਈ ਪੈਸੇ ਲੈਂਦੇ ਨੇ, ਕਈ ਦਾਣੇ ਲੈਂਦੇ ਨੇ। ਜਿੱਦਾਂ ਤਕਰੀਬਨ ਇਹਨਾਂ ਨੇ ਕੋਈ 1.5 ਕੁਇੰਟਲ ਤੋਂ ਲਗਭਗ ਦਾਣੇ ਉੱਤੇ ਲਏ ਹੋਣੇ ਨੇ। 1 ਕੁਇੰਟਲ ਅਤੇ 75 ਕਿੱਲੋ ਦਾਣੇ ਹੋਣਗੇ ਮੇਰੇ ਹਿਸਾਬ ਨਾਲ, ਅਤੇ ਕਿੱਲੇ ਕਿਤੇ 3 ਆ, ਅਤੇ 2200-2375 ਰੁਪਏ ਨੂੰ, 2200-2300 ਰੁਪਏ ਨੂੰ ਖਰਚ, ਮੰਨ ਲਓ ਵੀ 2100 ਰੁਪਏ ਨੂੰ ਚੱਲ ਜਾਂਦਾ ਕਣਕ, 2100 ਦੀ ਉਹ ਹੋਊਗੀ, 50 ਤਾਂ ਹੋਰ ਲਾ ਲਓ ਤੁਸੀਂ ਉਹਦੀ। ਅਤੇ ਵੀ ਵਧੀਆ ਆ ਕੰਮ, ਸਿਸਟਮ ਬੜਾ ਵਧੀਆ ਲੱਗਦਾ। ਬਸ ਇਹ ਵੀ ਬੰਦਿਆਂ ਦੀ ਸਾਥ ਦੀ ਲੋੜ ਹੁੰਦੀ, ਸਾਥ ਬੰਦੇ ਦੇਣ ਫਿਰ ਕੰਮ ਵਧੀਆ ਚੱਲ ਲਓ। ਹੁਣ ਇਹਨਾਂ ਤਰਪਾਲ ਇਕੱਠੀ ਕਰ ਲੈਣੀ, ਤੁਸੀਂ ਜਿਹੜੇ ਦਾਣੇ ਦੂਣੇ ਕਿਰੇ ਨੇ ਸਾਰੇ ਇਕੱਠੇ ਕਰਕੇ, ਅਤੇ ਇਹਨਾਂ ਨੇ ਵਿੱਚ ਸਾਨੂੰ ਲੁੱਟ ਦੇਣੀ ਸਾਰਾ ਕੁਝ। ਹੁਣ ਇਹ ਕੰਮ ਅਖੀਰ ਹੋ ਗਿਆ, ਕੰਮ ਨਿਬੜ ਚੱਲਾ। ਉਹ ਥੱਲੇ ਦਾਣੇ ਪਈ ਜਾਂਦੇ ਨੇ, ਇਹ ਇੱਧਰੋਂ ਭਰੀਆਂ ਲਾਉਂਦੇ ਨੇ, ਅਤੇ ਭਰੀਆਂ ਲਾਉਂਦੇ ਨੇ, ਅਤੇ ਇਹ ਇੱਧਰੋਂ ਵਿੱਚ ਗਡਾਸਾ ਲੱਗਾ, ਗਡਾਸੇ ਕਣਕ ਉਤਰਦੇ ਨੇ, ਕਣਕ ਉਤਰ ਕੇ ਅਤੇ ਉਹ ਫਿਰ ਪੇਚੇ ਦੇ ਪੱਕੇ ਲੱਗੇ, ਉਹ ਤੂੜੀ ਬਾਹਰ ਕੱਢ ਦਿੰਦੇ ਨੇ, ਅਤੇ ਦਾਣੇ ਛਣ ਕੇ ਥੱਲੇ ਆ ਜਾਂਦੇ ਨੇ। ਇਹਦੇ ਵਿੱਚ ਕਿਤੇ ਵੇਖ ਸਕਦੇ ਵਿੱਚ ਮਿੱਟੀ ਉਹਦੇ ਵਿੱਚ ਆ, ਮਿੱਟੀ ਵਿੱਚ ਪਾ ਕੇ ਅਤੇ ਮਿੱਟੀ ਵਿੱਚ ਪੈਂਦੀ ਜਿਹੜੀ ਉਹ ਬਾਹਰ ਆਈ ਜਾਂਦੀ, ਛਣ ਉਤਰੀ ਜਾਂਦੀ ਹੈ, ਕਣਕ ਕਰਕੇ ਥੱਲੇ ਚੱਲ ਜਾਂਦੀ, ਫਿਰ ਥੱਲੋਂ ਬੀਬੇ ਭਰ ਪਾ ਕੇ ਅਤੇ ਫਿਰ ਥੱਲੋਂ ਦਾਣੇ ਕਣਕ, ਅਤੇ ਇਹਦੇ ਹਿਸਾਬ ਨਾਲ ਕੰਮ ਹੁੰਦਾ ਹੈ। ਆਹ ਬੈਲਟ ਲੱਗੀ, ਕਨਵੇਅਰ ਬੈਲਟ ਲੱਗੀ ਥੱਲੇ, ਰੋਲਰ ਘੁੰਮਾਉਂਦੇ ਨੇ, ਉਹ ਅੰਦਰ ਲਈ ਜਾਂਦੇ ਸਾਰੇ। ਹੁਣ ਮਸ਼ੀਨ ਥੋੜ੍ਹੀ ਸਲੋਅ ਕਰਦੇ ਨੇ, ਬਾਕੀ ਅਤੇ ਵੇਖੀ ਚਲੋ। ਬੜਾ ਵਧੀਆ ਕੰਮ ਲੱਗੇ ਬੰਦੇ ਬਜ਼ੁਰਗ, ਬਹੁਤ ਮਿਹਨਤ ਆ। ਆਹ ਅੰਕਲ ਨੇ 3 ਵਿਆਹ ਕਰਾਏ ਪੀਲੇ ਭਰਨੇ ਵਾਲੇ ਨੇ, ਥੱਲੇ ਖਲੋਤੇ ਭਰਨਾ ਵੀ ਕਿ ਨਵੀਂ ਪਾਰਟੀ ਵਾਲਾ ਜੀ, ਵਿਆਹ ਬਹੁਤ ਕਰਾਉਂਦੇ ਜੀ, ਕੰਮ ਖੇਤਾਂ ਨਾਲੇ ਕਰਤਾ ਇਕੱਠਾ ਸਾਰਾ ਕੁਛ ਇਕੱਠਾ ਕਰੀ ਜਾਂਦੇ ਨੇ। ਹੁਣ ਇਹਨਾਂ ਨੇ ਚੁੱਕ ਕੇ ਲੁੱਤਣੀ ਵਿੱਚ ਉਹਦੇ ਥੱਬੇ ਭਾਰ ਪਾ ਸੁੱਟਣਗੇ ਉੱਤੇ ਹੁਣ ਬੈਲਟ ਖਿੱਚ ਕੇ ਅੰਦਰ ਤੁਰੀ ਜਾਂਦੀ ਲੈ ਕੇ। ਘੱਟੇ ਦੇ ਵਿੱਚ ਕੰਡ ਦੇ ਵਿੱਚ ਇੰਨਾ ਕੰਮ ਕਰਨਾ ਮਾੜੀ ਮੋਟੀ ਗੱਲ ਨਹੀਂ। ਸਾਰਾ ਕੁਝ ਲੁੱਤਣ ਕੇ ਵਿੱਚ ਉਹਦੇ
ਲੋ ਜੀ ਲੋ ਜੀ ਲੋ ਬਾਬੂ ਲੋ ਚਲੋ ਠੀਕ ਹੈ ਜੀ ਅਤੇ ਬਾਕੀ ਸੋਰੀ ਥੋੜ੍ਹਾ ਵਲੋਗ ਨਹੀਂ ਬਣਾ ਪਾ ਰਹੇ ਵੀ ਨਾ ਥੋੜ੍ਹਾ ਮਤਲਬ ਜਿੱਦਾਂ ਵੀ ਕਹਿ ਲਈਏ ਵੀ ਨਵੇਂ ਨਵੇਂ ਲੱਗੇ ਆ ਨਹੀਂ ਬਣਦਾ ਹੈਗਾ ਹਰ ਪੱਖ ਨਹੀਂ ਦੇਖਿਆ ਜਾਂਦਾ ਵੀ ਹਰ ਵੇਲੇ ਫੋਨ ਦਾ ਵੀ ਵੇਖੀਏ ਵੀ ਬਣਾਈਏ ਬਾਕੀ ਫਿਰ ਵੀ ਕੋਸ਼ਿਸ਼ ਕਰੀਦੀ ਵੀ ਜੇ ਬਣ ਸਕੇ ਤਾਂ ਬਣੇ ਪਲੀਜ਼ ਵੀਡੀਓ ਜ਼ਰੂਰ ਵੇਖਿਆ ਕਰੋ ਵੀਡੀਓ ਵੇਖੋਗੇ ਟਾਈਮ ਪੂਰਾ ਹੋਏਗਾ ਵਧੀਆ ਜ਼ਰੂਰ ਵੀਡੀਓ ਵੇਖਿਆ ਕਰੋ ਇੱਕ ਵਾਰ ਪੂਰੀ ਵੀਡੀਓ ਵੇਖਿਆ ਕਰੋ ਇੰਟਰਸਟਿੰਗ ਹੁੰਦੀ ਹੈ ਜਨਰਲ ਨੌਲੇਜ ਤੌਰ 'ਤੇ ਬਣਾਉਂਦੇ ਹਾਂ ਮੋਸਟਲੀ ਮੈਂ ਜ਼ਿਆਦਾ ਵੀਡੀਓ ਖੇਤੀਬਾੜੀ ਦੇ ਰਿਗਾਰਡਿੰਗ ਹੀ ਬਣਾਉਂਦਾ ਆਹ ਵੇਖੋ ਕਰਨ ਦੇ ਵੇਖੋ ਇੱਥੇ ਰੱਖ ਵੇ ਸ਼ਰਾਰਤਾਂ ਕਰਦੇ ਵੇਲਾ ਹਾਣੋ ਹਾਣੀ ਹੁੰਦੇ ਨੇ ਬੰਦੇ ਹਾਸੀਆਂ ਕਿਹੜੀਆਂ ਮਸ਼ਕਰੀਆਂ ਕਰਦੇ ਨੇ ਬਜ਼ੁਰਗ ਬਜ਼ੁਰਗ ਵੀ ਆਪਸ 'ਚ ਕਰਦੇ ਨੇ ਬੜਾ ਵਧੀਆ ਚਲੋ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਵੇਖਣ ਵਾਸਤੇ ਜੁੜੇ ਰਹੋ ਅਤੇ ਬਣੇ ਰਹੋ ਅਤੇ ਵੀਡੀਓ ਦਾ ਜ਼ਰੂਰ ਸਪੋਰਟ ਕਰਿਆ ਕਰੋ ਧੰਨਵਾਦ